ਤਾਹਿਰ ਭਾਈ ਅਮਰੀਕਾ ਤੋਂ ਰੋਡ ਤੇ ਗੇਲ ਨੇ ਨਾ ਤੁਹਾਡੇ ਵਾਸਤੇ ਪੂਰੀ ਟੀਮ ਵਾਸਤੇ ਨਾ ਇਹ ਸਾਰੇ ਸਨੈਕਸ ਕੱਲੇ ਨੇ ਅਮਰੀਕਾ ਦੇ ਬੜੇ ਮਸ਼ਹੂਰ ਸਨੈਕਸ ਨੇ ਵਾਹ ਕੀ ਬਾਤ ਹੈ ਜੀ ਮਾਸ਼ਾਅੱਲਾ ਜੀ ਤੇ ਇਹ ਉਹਨਾਂ ਨੇ ਇੱਕ ਲੈਟਰ ਕੱਢਿਆ ਪੂਰੀ ਟੀਮ ਵਾਸਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਕੀ ਬਾਤ ਹੈ ਕੀ ਬਾਤ ਹੈ ਜੀ ਤਾਹਿਰ ਭਾਈ ਉਹਨਾਂ ਨੇ ਕਿਹਾ ਕਿ ਜੀ ਜਿਹੜੇ ਟ੍ਰਾਈਬਲ ਪੀਪਲ ਟ੍ਰਾਈਬ ਦੇ ਜਿਹੜੇ ਤੁਸੀਂ ਸੋਹਣੇ ਲੋਕ ਹੈਗੇ ਜੇ ਨਾ ਮੈਂ ਤੁਹਾਡੀਆਂ ਵੀਡੀਓਜ਼ ਜਿਹੜੀਆਂ ਨਾ ਬੜਾ ਅੱਛੀਆਂ ਲਾਈਕ ਕਰਨਾ ਹੈਗਾ ਤੇ ਮੈਂ ਤੁਹਾਡਾ ਬੜਾ ਫੈਨ ਹੈਗਾ ਤੇ ਫੋਲੋਵਰ ਹੈਗਾ ਤੇ ਤੁਹਾਡੀ ਹਰ ਐਪੀਸੋਡ ਵੇਖਣਾ ਠੀਕ ਹੈ ਜੀ ਤੇ ਉਹ ਕਹਿੰਦਾ ਕਿ ਅਸੀਂ ਆ ਜਿਹੜੇ ਸਨੈਕਸ ਹੈਗੇ ਨੇ ਨਾ ਖਾਸ ਤੁਹਾਡੇ ਵਾਸਤੇ ਚੂਜ਼ ਕੀਤੇ ਹੈਗੇ ਨੇ ਤੇ ਅਸੀਂ ਇੱਕ ਨਾ ਟੈਕਸਸ ਇੱਕ ਸੂਬਾ ਜਿਵੇਂ ਸਾਡਾ ਹੈਗਾ ਉੱਥੇ ਸਟੇਟ ਹੈਗੀ ਹੈ ਜੀ ਉਹਦਾ ਇੱਕ ਛੋਟਾ ਜਿਹਾ ਸ਼ਹਿਰ ਹੈਗਾ ਜਿੱਥੇ ਉਹ ਰਹਿੰਦੇ ਨੇ ਉਹਦੀ ਆਬਾਦੀ ਤਕਰੀਬਨ 130,000 ਹੈ ਜਿੱਥੇ ਆ ਰਹਿੰਦੇ ਨੇ ਠੀਕ ਹੈ ਜੀ ਕਹਿੰਦੇ ਉੱਥੇ ਜਿਹੜੀ ਆ ਤੁਹਾਡੇ ਸਾਹਮਣੇ ਅੱਗੇ ਉਹ ਨਗਟਸ ਪਏ ਨੇ ਨਾ ਪਾਪੜ ਜੇ ਹਾਂਜੀ ਇਹਨੂੰ ਕਹਿੰਦੇ ਨੇ ਬੀਵਰ ਨਗਟਸ ਤੋ ਕਹਿੰਦੇ ਨੇ ਉੱਥੋਂ ਦੇ ਬੜੇ ਮਸ਼ਹੂਰ ਹੈਗੇ ਨੇ ਤੇ ਲੋਕ ਜਿਹੜੇ ਪੈਟਰੋਲ ਪੰਪ ਤੇ ਆਉਂਦੇ ਨੇ ਨਾ ਤੇ ਉਹ ਫਿਰ ਇਹਨੂੰ ਚੂਜ਼ ਕਰਕੇ ਨਾ ਤੇ ਖਾਂਦੇ ਹੈਗੇ ਨੇ ਉਹਨਾਂ ਨੇ ਤੁਹਾਡੇ ਵਾਸਤੇ ਸਿਹਤ ਤੇ ਖੁਸ਼ਹਾਲੀ ਦੀ ਦੁਆ ਕੀਤੀ ਹੈਗੀ ਅਲਹਮਦੁਲਿਲਾਹ ਰੱਬਿਲ ਆਲਮੀਨ ਆਮੀਨ ਅੱਛਾ ਜੀ ਬੜੀ ਮਿਹਰਬਾਨੀ ਜਨਾਬ ਬਹੁਤ ਬਹੁਤ ਸ਼ੁਕਰੀਆ ਮੈਂ ਦਿਲ ਦੀ ਗਹਿਰਾਈਆਂ ਤੋਂ ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਜਿਹੜੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਸਕਾਂ ਪਰ ਗੱਲ ਹੈਗੀ ਕਿ ਤੁਹਾਡੀ ਇਸ ਮੁਹੱਬਤ ਦਾ ਬਹੁਤ ਸਾਰਾ ਸ਼ੁਕਰੀਆ ਜਿਸ ਤਰ੍ਹਾਂ ਉਹ ਕਹਿੰਦੇ ਨੇ ਨਾ ਕਿ ਰਿਜ਼ਕ ਦਾ ਮਿਲਣਾ ਇਨਸਾਨ ਦੀ ਕਾਬਲੀਅਤ ਨਹੀਂ ਇਹ ਅੱਲਾ ਦੀ ਅਤਾ ਹੈ ਅਤੇ ਇਹ ਵੀ ਸਾਰਾ ਕੁਝ ਅੱਲਾ ਦੀ ਅਤਾ ਹੀ ਹੈ ਅਤੇ ਅੱਲਾ ਪਾਕ ਆਪ ਤਾਂ ਨਹੀਂ ਜ਼ਮੀਨ 'ਤੇ ਆਉਂਦਾ ਆਪਣੇ ਬੰਦਿਆਂ ਨੂੰ ਹੀ ਅੱਗੇ ਕਰ ਦਿੰਦਾ ਅਤੇ ਤੁਹਾਡੀ ਬਹੁਤ ਮਿਹਰਬਾਨੀ ਹੈ ਤੁਸੀਂ ਇੰਨੀ ਮੁਹੱਬਤ ਕਰਦੇ ਹੋ ਨਹੀਂ ਤਾਂ ਸਾਨੂੰ ਤਾਂ ਸਾਡੇ ਘਰ ਦੇ ਨਹੀਂ ਪਸੰਦ ਕਰਦੇ ਇਨਸ਼ਾਅੱਲਾ ਬੜੀ ਖੁਸ਼ੀ ਹੋ ਰਹੀ ਹੈ ਅਤੇ ਬਹੁਤ ਅੱਛਾ ਲੱਗ ਰਿਹਾ ਕਿ ਕਿੰਨੀ ਦੂਰੋਂ ਸਾਡੇ ਵਾਸਤੇ ਕਿੰਨੀਆਂ ਢੇਰ ਸਾਰੀਆਂ ਚੀਜ਼ਾਂ ਆਈਆਂ ਲਓ ਜਨਾਬ ਇਹ ਆ ਗਈ ਜੀ ਕੈਂਚੀ ਕੈਂਚੀ ਦੇ ਵੀ ਬੜੇ ਕੰਮ ਨੇ ਯਕੀਨ ਕਰੋ ਕੱਪੜੇ ਕੱਟਣ ਤੋਂ ਇਲਾਵਾ ਰਿਸ਼ਤੇ ਕੱਟਣੇ ਹੋਣ ਤਾਂ ਤੁਹਾਡੀ ਜ਼ਬਾਨ ਕੈਂਚੀ ਵਰਗੀ ਹੋਈ ਆ ਅਤੇ ਤੁਹਾਡੇ ਸਾਰੇ ਰਿਸ਼ਤੇ ਕੱਟੇ ਜਾਣਗੇ ਇਹਦੀ ਕੋਸ਼ਿਸ਼ ਕਰਿਆ ਕਰੋ ਕਿ ਕੈਂਚੀ ਨਾ ਬਣੋ ਉਹ ਇੱਕ ਬੰਦਾ ਸੀ ਨਾ ਉਹ ਕਿਸੇ ਬਜ਼ੁਰਗ ਕੋਲ ਕੈਂਚੀ ਬਣਾ ਕੇ ਲੈ ਗਿਆ ਉਹਨੇ ਕਹੋ ਇਹ ਕੀ ਕਰ ਲਿਆ ਤੂੰ ਸੋਨੇ ਦੀ ਕੈਂਚੀ ਬਣਾਈ ਬੜੀ ਮੁਹੱਬਤ ਸੀ ਉਹਨੇ ਕਿਹਾ ਜਾ ਸਾਡੇ ਵਾਸਤੇ ਸੂਈ ਧਾਗਾ ਬਣਾ ਕੇ ਲਿਆ ਉਹਨੇ ਕਿਹਾ ਬਾਬਾ ਜੀ ਉਹ ਕਿਉਂ ਉਹਨੇ ਕਿਹਾ ਅਸੀਂ ਕੱਟਣ ਵਾਲੇ ਨਹੀਂ ਹੈਗੇ ਅਸੀਂ ਤਾਂ ਹੈਗੇ ਹਾਂ ਜੋੜਨ ਵਾਲੇ ਅਤੇ ਕੈਂਚੀ ਦਾ ਜਿਹੜਾ ਨਾ ਕਮਾਲ ਇੱਕ ਲਹਿਦਾ ਇਹ ਵੀ ਨਾ ਹੋਵੇ ਤਾਂ ਤੁਸੀਂ ਕੱਪੜੇ ਨਹੀਂ ਪਾ ਸਕਦੇ ਠੀਕ ਹੋ ਗਿਆ ਜੀ ਅੱਛਾ ਪਹਿਲਾਂ ਤਾਂ ਮੈਂ ਖਾਵਾਂਗਾ ਨਗਰ ਅਰੇ ਸ਼ਾਇਦ ਮਿਕਸ ਹੋਇਆ ਹੈ ਹਾਂਜੀ ਮੈਂ ਦੇਖ ਲਈ ਹਾਂ ਬੜੀ ਅੱਛੀਆਂ ਲੱਗ ਰਹੀ ਹੈ ਮੇਰੇ ਮੂੰਹ 'ਚ ਪਾਣੀ ਆ ਰਿਹਾ ਸੀ ਕਿ ਮੈਂ ਖਾ ਕਿਉਂ ਨਹੀਂ ਰਿਹਾ ਅਤੇ ਹੁਣ ਬਿਸਮਿਲ੍ਲਾ ਰਹਿਮਾਨ ਇਹ ਜੀ ਤੁਹਾਡਾ ਪੈਟਰੋਲ ਪੰਪ ਵਾਲਾ ਨੁਗਟ ਸੇ ਅਤੇ ਤੁਸੀਂ ਖਾਓਗੇ ਨਹੀਂ ਚਲੋ ਮੈਂ ਹੀ ਖਾ ਲੈਂਦਾ ਬੇਵਰ ਨਗਟਸ ਵਾਹ ਜੀ ਲੇਕਿਨ ਕਿਆ ਬਾਤ ਹੈ ਨਗਟਸ ਜੀ ਮਿੱਠੇ ਅਤੇ ਖੱਟੇ ਮਿੱਠੇ ਮਜ਼ਾ ਆ ਰਿਹਾ ਕਿਆ ਬਾਤ ਹੈ ਜੀ ਮਾਸ਼ਾਅੱਲਾ ਸੁਬਹਾਨ ਅੱਲਾ ਤੁਸੀਂ ਸਹੀ ਚੀਜ਼ਾਂ ਖਾਂਦੇ ਹੋ ਯਕੀਨ ਕਰੋ ਇਹ ਤਾਂ ਬੜਾ ਮਜ਼ੇਦਾਰ ਹੈ ਨਾਲੇ ਦੇ ਕੋਈ ਕੌਫੀ ਸ਼ੋਫੀ ਵੀ ਪੀਂਦੇ ਹੋ ਕਿ ਡੋਗ ਡੈਥ ਹੀ ਡਗਾ ਡਗ ਅੰਦਰ ਇਹ ਮੈਨੂੰ ਆਲੂ ਜਿਹਾ ਲੱਗਦਾ ਆਲੂ ਨੂੰ ਫਰਾਈ ਕਰਕੇ ਅਤੇ ਉਹਨਾਂ ਨੇ ਉੱਥੇ ਸ਼ਹਿਦ ਲਾ ਤਾ ਅਤੇ ਬਾਕੀ ਗੋਲੀਆਂ ਟੋਫੀਆਂ ਹੈਗੀਆਂ ਮਨ ਤਾਂ ਇਹ ਲੱਗਦਾ ਜਿਸ ਤਰ੍ਹਾਂ ਪਰਚੂਨ ਵਾਲੀ ਦੁਕਾਨ 'ਤੇ ਮੈਂ ਫੱਟਾ ਲਾ ਕੇ ਬੈਠਾ ਅੱਛਾ ਟੋਫੀ ਇਹ ਬੱਚਿਆਂ ਵਾਸਤੇ ਮੇਰੇ ਵਾਸਤੇ ਨਹੀਂ ਫਿਰ ਮੈਂ ਖਾ ਲੈਂਦਾ ਕ੍ਰਿਸ ਗੇਲ ਦਾ ਨਾਂ ਤਾਂ ਮੈਂ ਸੁਣਿਆ ਸੀ ਲੇਕਿਨ ਗੇਲ ਸਰ ਤੁਹਾਡਾ ਨਾਂ ਪਹਿਲੀ ਵਾਰੀ ਸੁਣਿਆ ਇੱਕ ਬੰਦੇ ਨੇ ਬੜਾ ਵੱਡਾ ਝੂਠ ਬੋਲਿਆ ਮੁਕਾਬਲਾ ਹੋ ਰਿਹਾ ਸੀ ਨਾ ਝੂਠ ਬੋਲਣ ਦਾ ਉਹਨੇ ਕਿਹਾ ਝੂਠ ਬੋਲੋ ਉਹਨੇ ਕਿਹਾ ਮੇਰੀ ਬੀਵੀ 6 ਮਹੀਨਿਆਂ ਤੋਂ ਬੋਲੀ ਨਹੀਂ ਦੁਨੀਆਂ ਦਾ ਸਭ ਤੋਂ ਵੱਡਾ ਝੂਠ ਯਕੀਨ ਕਰੋ ਔਰਤ ਬੁੱਢੀ ਹੋ ਜਾਂਦੀ ਨਾ ਉਹਦੇ ਦੰਦ ਲਾ ਕੇ ਉਹ ਪਾ ਦਿਓ ਨਾ ਗਲਾਸ ਦੇ ਚਰਾਦ ਨੂੰ ਉਹ ਵੀ ਕੁੜ ਕਰਦੇ ਰਹਿੰਦੇ ਨੇ ਕਿਆ ਬਾਤ ਹੈ ਕਾਫੀ ਮੋਟਾ ਕੈਪਸੂਲ ਬਣਿਆ ਇਹ ਕਹਿੰਦੇ ਹੱਥੋੜੀ ਨਾ ਮੈਨੂੰ ਉਂਝ ਚੂਸ ਕੇ ਖਾਣਾ ਪੈਣਾ ਇਹਨੂੰ
ਅੱਡੀ ਦੀ ਖੁਸ਼ਬੂ ਆ ਰਹੀ ਹੈ, ਲੱਗਦਾ ਮੈਨੂੰ ਪਰਫਿਊਮ ਦੀ ਬਣੀ ਹੈ, ਪਰਫਿਊਮ ਦੀ ਖੁਸ਼ਬੂ ਆ ਰਹੀ ਮੂੰਹ ਚੋਂ, ਵਾਹ ਜੀ ਵਾਹ। ਇਹ ਮਿਚਸ ਟੋਫੀ ਹੈ, ਇਹ ਦੰਦਾਂ ਨਾਲ ਚਿਪਕ ਜਾਂਦੀ ਜੀ ਸਰ, ਚਿੰਗਮ ਜਿਕ ਚਿੰਗਮ ਦੀ ਤਰ੍ਹਾਂ ਟਾਈਪ ਹੈ। ਬੜੀ ਸਖਤ ਹੈ ਯਾਰ ਹੈ ਤੇ। ਇਹਦੇ ਲਈ ਤਾਂ ਲੋਹੇ ਦੇ ਦੰਦ ਹੋਣੇ ਚਾਹੀਦੇ ਨੇ ਜੀ, ਬਾਕੀ ਹੈ ਲੂਣ ਮਿਰਚਾਂ ਠੀਕ ਜੇ ਇਹਦੇ ਵਿੱਚ। ਟਾਫੀ ਨਾ ਧੱਕੇ ਨਾਲ ਹੀ ਦੰਦਾਂ ਨਾਲ ਚਿੰਬੜਦੀ ਪਈ ਹੈ, ਲੇਕਿਨ ਹੈ ਮਜ਼ੇਦਾਰ ਹੈ। ਮੈਂ ਤਾਂ ਸਮਝਿਆ ਸੀ ਚੋਕਲੇਟ, ਇਹਦੇ ਖਾਂਸੀ ਵਾਲੀ ਦਵਾਈ ਦੇ ਦਿੱਤੀ ਤੁਸੀਂ, ਲਾ ਲਿਆ ਮਾਮੀ ਦੇ ਦਿਓ ਸਾਨੂੰ, ਕੀ ਕੀ ਚੀਜ਼ਾਂ ਤੁਸੀਂ ਸਾਡੇ ਨਾਲ ਸਰਪ੍ਰਾਈਜ਼ ਕਰ। ਇਹ ਮੈਨੂੰ ਲੱਗਦਾ ਦੰਦਾਂ ਹੀ 'ਚ ਫਸਣ ਵਾਲੀ ਹੈਗੀ ਜੇ। ਕਿਆ ਬਾਤ ਹੈ, ਬੱਚੇ ਬੜੇ ਖੁਸ਼ ਹੋ ਕੇ ਖਾਣਗੇ। ਦੰਦਾਂ ਨੂੰ ਚੰਬੜ ਜਾਵੇ ਨਾ, ਨਾਲ ਉਹੋ ਜਿਹੀ ਚੀਜ਼ ਵੀ ਹੋਣੀ ਚਾਹੀਦੀ ਜਿਹਦੇ ਨਾਲ ਬੰਦਾ ਦੰਦਾਂ ਤੋਂ ਲਾ ਲੇ, ਜ਼ੁਬਾਨ ਤਾਂ ਨਹੀਂ ਨਾ ਲਾਉਂਦੀ ਇਹਨੂੰ। ਕਿਆ ਬਾਤ ਹੈ ਜੀ, ਵਾਹ! ਇਹ ਤਾਂ ਇੰਝ ਲੱਗਦਾ ਜਿਵੇਂ ਬੱਚੇ ਦਾ ਲੰਚ ਬੋਕਸ ਤਿਆਰ ਹੋਇਆ, ਇਹਦੇ 'ਚ ਖਾਣਾ ਅਤੇ ਇਹਦੇ 'ਚ ਭਾਜੀ ਸਾਲਨ। ਜਿਸ ਤਰ੍ਹਾਂ ਪਠਾਨ ਨਸਵਾਰ ਖਾ ਲੈਣ ਨਾ, ਤੇ ਇੰਝ ਹੀ ਮੈਨੂੰ ਲੱਗਿਆ ਕਿਹੜੀ ਸੀ ਇਹ ਵਾਲੀ, ਇੰਝ ਹੀ ਲੱਗਿਆ ਜਿਸ ਤਰ੍ਹਾਂ ਨਸਵਾਰ ਹੀ ਖਾਧੀ, ਐਂਡ 'ਤੇ ਆ ਕੇ ਨਸਵਾਰ ਦਾ ਦਹਿਕਾ ਆਇਆ ਜੀ। ਬਾਕੀ ਖੂਬ ਹੈ, ਯਕੀਨ ਕਰੋ ਕਿਸੇ ਪਠਾਨ ਨੂੰ ਦੇ ਦਿਓ, ਪਠਾਨ ਤੁਹਾਡਾ ਖਹਿੜਾ ਹੀ ਨਾ ਛੱਡੇ। ਇਹਦਾ ਤਰੀਕਾ ਮੈਨੂੰ ਲੱਗਦਾ ਇਹੀ ਹੈ। ਬਾਸ਼ ਲਓ ਜੀ, ਡਬਲ ਬਿਸਕੁਟ ਜੋੜ ਲਿਆ, ਇਹਦਾ ਇੰਜੋਏ ਕਰੋ, ਹੁਣ ਮਜ਼ੇ ਲਵੋ। ਵਾਹ ਸੁਭਾਨ ਅੱਲਾ, ਫਿੱਕੇ ਬਿਸਕੁਟ ਅਤੇ ਮਿੱਠੀ ਕਰੀਮ, ਬਸ ਠੀਕ ਹੈ, ਖਾ ਲਈਏ। ਵਾਹ, ਯਕੀਨ ਕਰੋ ਕਿ ਉਹ ਕਹਿੰਦੇ ਨਾ ਲੋਟੇ 'ਚ ਸਮੁੰਦਰ ਬੰਦ ਕਰਤਾ, ਨਹੀਂ ਨਹੀਂ ਲੋਟਾ ਨਹੀਂ, ਕੂਦੇ 'ਚ ਸਮੁੰਦਰ, ਕੋਈ ਹਿਸਾਬ ਜੇ ਇੰਨੇ ਕੁ ਮਜ਼ੇਦਾਰ ਨੇ ਨਿੱਕੇ ਨਿੱਕੇ ਪੰਜ ਪੈਸੇ। ਕਿਆ ਬਾਤ, ਉੱਤੋਂ ਦੇਖੋ ਨਾ ਦੇਸੀ ਘਿਓ ਲੱਗ ਗਿਆ ਇਹਨੂੰ, ਯਾਨੀ ਇਹ ਕਰੀਮ ਤੋਂ ਬਗੈਰ ਬਿਸਕੁਟ ਦਾ ਮਜ਼ਾ ਨਹੀਂ ਗਾ। ਇਹ ਕਰੀਮ ਲੱਗੇਗੀ ਤਾਂ ਬਿਸਕੁਟ ਦਾ ਮਜ਼ਾ ਲਓ, ਉਸ ਤਰ੍ਹਾਂ ਬਿਸਕੁਟ ਖਾਓਗੇ ਉਸ ਤਰ੍ਹਾਂ ਫਿਰ ਉਹਦਾ ਵੱਖਰਾ ਜ਼ਾਇਕਾ ਹੋਇਆ। ਹੋਏ 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 ਹੋਏ, ਇਹਦੇ 'ਤੇ ਫਿਰ ਲਫਾਫੇ 'ਤੇ ਹੀ ਅੱਗ ਬਲ ਰਹੀ ਹੈ ਜੀ, ਸਾਰੇ ਲਾਲ ਨੇ। ਇੱਕ ਸੁਬਹਾ ਇੱਕ ਦੁਪਹਿਰ ਇੱਕ ਸ਼ਾਮ ਰੋਜ਼ਾਨਾ ਖਾਈਏ, ਔਰ ਪੱਠੋਂ ਮੇਂ ਦਰਦ ਹੋ, ਕਮਰ ਮੇਂ ਦਰਦ ਹੋ, ਯੇ ਸਭ ਕੁਛ ਨਿਕਾਲ ਦੇਗਾ। ਓਹੋ ਹੋ, ਪਹਿਲਾਂ ਤਾਂ ਮਿੱਠਾ ਮਿੱਠਾ ਲੱਗਾ, ਬਾਅਦ 'ਚ ਚਿੰਗਮ ਵਰਗਾ ਜ਼ਾਇਕਾ ਆਇਆ। ਇੱਧਰ ਵਾਹ ਜੀ ਵਾਹ, ਕਿਆ ਬਾਤ, ਯਕੀਨ ਕਰੋ ਕੀ ਮਜ਼ੇ ਨਾ ਇਹਦੇ 'ਚ, ਕਿਉਂਕਿ ਇਹਦੇ ਵਿੱਚ ਜਿਹੜਾ ਜ਼ਾਇਕਾ ਆ ਰਿਹਾ ਨਾ, ਅਸੀਂ ਸਾਲਨ 'ਚ ਪਾਉਂਦੇ ਦਾਲ ਚੀਨੀ, ਉਹਦਾ ਮੈਨੂੰ ਮਜ਼ਾ ਆ ਰਿਹਾ ਇਹਦੇ 'ਚ। ਯਕੀਨ ਕਰੋ, ਇਹ ਤਾਂ ਖੰਘ ਵਾਲਾ ਕੈਪਸੂਲ ਹੀ ਲੱਗਦਾ ਜੀ। ਹੋਏ 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 ਹੋਏ, ਇਹ ਜਿਹੜਾ ਨਾ ਤੁਸੀਂ ਇਹ ਕਿਤੇ ਵੀ ਨਹੀਂ ਜੇ ਖਾਣਾ, ਇਹਨੂੰ ਸਾਈਡ 'ਤੇ ਕਰ ਦਿਓ। ਇਹ ਲੈਟਰ ਮੈਂ ਨਹੀਂ ਦੇਣਾ, ਮੈਂ ਆਪਣੀ ਬਿੱਚ ਨੂੰ ਪੜ੍ਹਾਵਾਂ, ਅਤੇ ਕਿ ਮੈਂ ਦੱਸਾਂਗਾ ਕਿ ਮੈਨੂੰ ਬਾਹਰੋਂ ਚੀਜ਼ਾਂ ਆਈਆਂ ਨੇ, ਅਤੇ ਬਾਹਰੋਂ ਲੋਕ ਨੇ ਚੀਜ਼ਾਂ ਘੱਲੀਆਂ ਕਿ ਅਸੀਂ ਕਿਸੇ ਚੀਜ਼ਾਂ ਨੇ, ਅਤੇ ਬੜਾ ਇੰਜੋਏ ਕਰਨ ਲਈ ਇਹ ਮੈਂ ਲੈ ਜਾਂਦਾ ਨਾਲ, ਕਿਉਂਕਿ ਮੇਰੇ ਬੱਚੇ ਨਹੀਂ ਪੜ੍ਹਨਾ ਆਉਂਦਾ। ਅਤੇ ਤੁਹਾਡੀ ਮੁਹੱਬਤ ਦਾ ਬਹੁਤ ਸਾਰਾ ਸ਼ੁਕਰੀਆ,
वो अदा नहीं हो सकता अल्फाजा च। अल्लाह पाक तुहानू खुश रखे, अल्लाह पाक तुहाडे ते अपनी रहमत करे। ये लाल है ना देखो किड्डा खतरनाक रंग है, यह बाकी है देखो किड्डे किड्डे प्यारे कलर ने, वो कलर तो ही पता चल जाता है भाजी खतरनाक चीज़ है। यकीन करो फुल हीट अप गरम अन्य चीज़ा मैं जो लैके अपने पिंड जाना है ना तो पूरे पिंड के बच्चे मेरे पिछे लग जाने हैं। तुहानू मैं दस दवां क्योंकि उन्होंने पता है कि चाचे होरी जिहड़े ने ना ये बाहरों चीज़ा आदि ने कोल बाहरों इंपोर्टेड मॉडल तो उन्होंने भाई रास्ते जी खोल लिया ने, लेकिन बच्चे बड़े खुश होंगे अब सानू बाहर दी चीज़ा खाने मिलनगियां। तो चैनल में सबसक्राइब भी करो, दोस्तान भी क्या करो, तो घंटी का बटन जो लगे ना लाल जन टैन करके दबा के फिर भावें कमां कारा पर चले जाया करो। आई कैट ने यू मनकोमरी मनकोमरी स्वीट ए हो जे।